ਬੇਬੇ ਵੀ ਸਿਆਣੇ ਕਹਿੰਦੇ ਆ ਵੀ ਬੰਦਾ ਢੀਠ ਹੋਣਾ ਚਾਹੀਦਾ ਇਹ ਸ਼ਰਮ ਦਾ ਕੀ ਹੈ ਇਹ ਤਾਂ ਸਾਲੀ ਆਉਣੀ ਜਾਣੀ ਚੀਜ਼ ਆ ਬੇਬ ਸ਼ਰਮਾ ਤੇਰੇ ਨਾਲ ਤਾਂ ਚੰਗਾ ਸੀ ਮੈਂ ਦੋ ਧੀਆਂ ਜੰਮ ਲੈਂਦੀ ਹੈਂ ਬੜੇਪੇ ਵੇਲੇ ਮਾਂ ਪਿਓ ਦੀ ਸੇਵਾ ਤਾਂ ਕਰਦੀਆਂ ਰਹਿੰਦੀਆਂ ਸਾਰਾ ਜੰਮ ਲੈਂਦੀ ਤੂੰ ਧੀਆਂ ਨਾ ਗੱਲ ਸੁਣ ਤੁਸੀਂ ਮੇਰੀ ਕੀ ਸੇਵਾ ਕਰਦੇ ਹੋ ਬਈ ਆ ਪਊਏ ਵੀ ਇਹਨੂੰ ਮੈਂ ਪੈਸੇ ਮੰਗਾ ਤੁਹਾਨੂੰ ਮੌਤ ਪੈ ਜਾਂਦੀ ਹੈ ਤੁਸੀਂ ਮੇਰੀ ਖਾਤਰ ਕੀਤਾ ਕੀ ਹੈ ਤੈਨੂੰ ਸ਼ਰਮ ਨੀ ਆਉਂਦੀ ਹਜੇ ਕੁਛ ਨੀ ਕੀਤਾ ਫਿਰ ਤੈਨੂੰ ਜੰਮਿਆ ਪਾਲਿਆ ਪੋਸਿਆ ਤੇਰਾ ਗੰਦ ਧੋਤਾ ਤੈਨੂੰ ਏਦਾਂ ਸਾਰਾ ਕਰਤਾ ਹੈ ਸ਼ਰਮ ਨੀ ਆਉਂਦੀ ਬੇ ਪੱਥਰਾ ਨੌ ਮਹੀਨੇ ਤੈਨੂੰ ਢਿੱਡ ਚ ਰੱਖਿਆ ਢਿੱਡ ਚ ਰੱਖਿਆ ਨੌ ਮਹੀਨੇ ਆਪਦੇ ਢਿੱਡ ਚ ਬਾਲੀ ਤੂੰ ਔਖੀ ਸਿੱਧੀ ਨਾ ਹੋ ਨੌ ਮਹੀਨਿਆਂ ਦਾ ਜਿਹੜਾ ਕਿਰਾਇਆ ਬਣਦਾ ਲੈ ਲਾ